ਅਤੇ ਚੌਧਰੀ ਵਾਲੇ ਪਿੰਡ ਦੇ ਵਿੱਚ ਅੱਜ ਕੈਂਪ ਲਗਾਇਆ। ਇੱਥੇ ਆਦਾਨ ਪ੍ਰਦਾਨ ਹੋਇਆ ਕਿਸਾਨਾਂ ਦਾ ਅਤੇ ਖੇਤੀਬਾੜੀ ਵਿਭਾਗ ਦਾ। ਖੇਤੀਬਾੜੀ ਵਿਭਾਗ ਦੇ ਡਾਕਟਰ ਸਾਹਿਬਾਂ ਨੇ ਬਹੁਤ ਚੰਗੇ ਤਰੀਕੇ ਨਾਲ ਦੱਸਿਆ, ਡੀ ਸੀ ਸਾਹਿਬ ਨੇ ਵੀ ਵਧੀਆ ਸਮਝਾਇਆ ਅਤੇ ਕਿਸਾਨਾਂ ਨੇ ਵੀ ਆਪਣੀਆਂ ਮੰਗਾਂ ਰੱਖੀਆਂ ਨੇ। ਸਾਨੂੰ ਬੇਲਰ ਪ੍ਰੋਵਾਈਡ ਕਰਾਏ ਜਾਣ ਅਸੀਂ ਜਾ ਤਾਂ ਜੋ ਸਾਡੀ ਪਰਾਲੀ ਦਾ ਜਿਹੜਾ ਸਾਂਭ ਸੰਭਾਲ ਹੋ ਸਕੇ, ਸਾਨੂੰ ਪਰਾਲੀ ਨੂੰ ਅੱਗ ਨਾ ਲਾਉਣੀ ਪਏ। ਪਰ ਅਸੀਂ ਪਿੰਡ ਵੱਲੋਂ ਵਿਸ਼ਵਾਸ ਦਵਾਇਆ ਵੀ ਜੇਕਰ ਸਾਨੂੰ ਪਿੰਡ ਵਿੱਚ ਵਧੀਆ ਪ੍ਰੋਵਾਈਡ ਕਰਾਏ ਜਾਣ, ਬੇਲਰ ਪ੍ਰੋਵਾਈਡ ਕਰਾਏ ਜਾਣਗੇ ਤਾਂ ਅਸੀਂ ਅੱਗੋਂ ਤੋਂ ਪਿੰਡ ਵਿੱਚ ਵਿਸ਼ਵਾਸ ਦਵਾਉਂਦੇ ਹਾਂ ਕੋਈ ਵੀ ਨਹੀਂ ਅੱਗ ਲਾਊਗਾ। ਅੱਜ ਜਿਹੜਾ ਅਸੀਂ ਕੈਂਪ ਲਗਾਇਆ ਹੈਗਾ ਹੈ, ਉਹ ਪਿੰਡ ਅਸੀਂ ਚੁਣੇ ਹਾਂ ਜਿਹਦੇ ਵਿੱਚ ਅੱਗ ਦੇ 3 ਜਾਂ 4 ਇੰਸੀਡੈਂਟ ਪਿਛਲੇ ਸਾਲ ਹੋਏ ਸੀਗੇ। ਤਾਂ ਇਹ ਚੌਧਰੀਵਾਲ ਅਤੇ ਐਨੋਕੋਟ ਦੇ ਪੰਚਾਇਤ ਅਸੀਂ ਅਤੇ 1-2 ਹੋਰ ਵੀ ਬੁਲਾਏ ਸੀਗੇ। ਅਤੇ ਮੈਨੂੰ ਬੜੀ ਖੁਸ਼ੀ ਹੈ ਕਿ ਇੱਥੇ ਇਹਨਾਂ ਨਾਲ ਅਸੀਂ ਜ਼ਿਮੀਂਦਾਰਾਂ ਨਾਲ ਅਤੇ ਫਾਰਮਰ ਨਾਲ ਗੱਲ ਕਰਕੇ ਮੈਨੂੰ ਬੜੀ ਕਲੈਰਿਟੀ ਵੀ ਹੋਈ ਵੀ ਇਹ ਕੀ ਇਹਨਾਂ ਦੀਆਂ ਸਮੱਸਿਆ ਨੇ, ਕਿਉਂਕਿ ਦਫ਼ਤਰ 'ਚ ਬਹਿ ਕੇ ਸਾਨੂੰ ਵੀ ਇਹਨਾਂ ਦੀ ਸਮੱਸਿਆ ਦਾ ਨਹੀਂ ਪਤਾ ਚੱਲਦਾ। ਅਤੇ ਅੱਜ ਆ ਕੇ ਸਾਨੂੰ ਪਤਾ ਲੱਗਿਆ ਵੀ ਇਹ ਜਿਹੜੇ ਛੋਟੇ ਜ਼ਿਮੀਂਦਾਰ ਨੇ, ਇਹਨਾਂ ਦੀ ਹੈਸੀਅਤ ਨਹੀਂ ਹੈਗੀ ਵੀ ਇਹ ਮਸ਼ੀਨਾਂ ਆਪ ਖਰੀਦ ਸਕਣ। ਇੱਥੇ ਇਹਨਾਂ ਨੇ ਦੱਸਿਆ ਸੁਸਾਇਟੀ ਵੀ ਨਹੀਂ ਬਣੀ ਹੋਈ, ਜਿਸ ਕਾਰਨ ਜੇ ਸੁਸਾਇਟੀ ਬਣੀ ਹੁੰਦੀ ਤਾਂ ਸੁਸਾਇਟੀ ਮਸ਼ੀਨ ਖਰੀਦ ਸਕਦੀ ਸੀ ਤਾਂ ਇਹਨਾਂ ਦੀ ਹੈਲਪ ਕਰ ਸਕਦੀ ਸੀ। ਅਤੇ ਉਹ ਵੀ ਮੈਨੇ ਡਾਇਰੈਕਸ਼ਨਾਂ ਦਿੱਤੀਆਂ ਨੇ ਵੀ ਸੁਸਾਇਟੀ ਬਣਾਈ ਜਾਵੇ। ਅਤੇ ਇੱਥੇ ਜਿਹੜੇ ਵੀ ਫਾਰਮਰ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਜਿਹਦੀ, ਕਿਉਂਕਿ ਸਰਕਾਰ ਨੇ ਸਬਸਿਡੀ ਦੇਣੀ ਹੈ 50-80% ਵੀ, ਉਹ ਵੀ ਅਪਲਾਈ ਕਰਨ ਵੱਧ ਤੋਂ ਵੱਧ ਮਸ਼ੀਨਾਂ ਲਈ, ਤਾਂ ਕਿ ਅਸੀਂ ਉਹਨਾਂ ਦੀਆਂ ਮਸ਼ੀਨਾਂ ਸੈਂਕਸ਼ਨ ਕਰਕੇ ਉਹਨਾਂ ਨੂੰ ਪਿੰਡ ਦੇ ਵਿੱਚ ਮਸ਼ੀਨਾਂ ਮੁਹੱਈਆ ਕਰਾਈ ਜਾਵੇ। ਅਤੇ ਇਹਦੇ ਨਾਲ ਹੀ ਜਿਹੜੇ ਜ਼ਿਮੀਂਦਾਰਾਂ ਨੇ ਅੱਗ ਲਾਈ ਸੀ, ਮੈਨੇ ਉਹਨਾਂ ਨਾਲ ਇੰਟਰੈਕਟ ਕੀਤਾ ਅਤੇ ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਵੀ ਅਸੀਂ ਹੁਣ ਇਸ ਸਾਲ ਅੱਗ ਨਹੀਂ ਲਾਵਾਂਗੇ ਅਤੇ ਸਾਡੀ ਸਰਕਾਰ ਸਾਨੂੰ ਸਮੇਂ ਸਿਰ ਬੇਲਰ ਅਤੇ ਸੁਪਰ ਸੀਡਰ ਮੁਹੱਈਆ ਕਰਾਈ ਜਾਵੇ। ਅਤੇ ਅਸੀਂ ਇਹ ਇੰਸ਼ੋਰ ਕਰਾਂਗੇ ਪ੍ਰਸ਼ਾਸਨ ਵੱਲੋਂ, ਅਤੇ ਮੈਨੇ SDM ਨੂੰ ਵੀ ਅਤੇ ਚੀਫ ਐਗਰੀਕਲਚਰ ਨੂੰ ਵੀ ਹਦਾਇਤ ਕਰ ਦਿੱਤੀ ਹੈ ਬੜੀ ਸਖ਼ਤ ਕਿ ਇਹਨਾਂ ਦਾ ਇੰਸ਼ੋਰ ਕੀਤਾ ਜਾਵੇ ਕਿ ਇਹਨਾਂ ਨੂੰ ਪਹਿਲਾਂ ਜਿਹੜੇ ਛੋਟੇ ਜ਼ਿਮੀਂਦਾਰ ਨੇ, ਕਿਸਾਨ ਨੇ, ਇਹਨਾਂ ਨੂੰ ਸੁਪਰ ਸੀਡਰ ਅਤੇ ਆਪਣਾ ਜਿਹੜਾ ਬੇਲਰ ਹੈ ਮੁਹੱਈਆ ਕਰਾਇਆ ਜਾਵੇ ਅਤੇ ਇਹਨਾਂ ਨਾਲ ਕੋਈ ਧੱਕਾ ਨਾ ਹੋਵੇ। ਅਤੇ ਇਹਦੇ ਨਾਲ ਹੀ ਸਾਰੇ ਪਿੰਡ ਨੇ ਵੀ ਅੱਜ ਇੱਥੇ ਜੋ ਇੱਥੇ ਬੜੇ ਪ੍ਰੋਗਰੈਸਿਵ ਫਾਰਮਰ ਵੀ ਆਏ ਸੀਗੇ ਜਿਨ੍ਹਾਂ ਨੇ ਪਿਛਲੇ 3-3, 4-4 ਸਾਲਾਂ ਤੋਂ ਕੋਈ ਇਹ ਪਰਾਲੀ ਨਹੀਂ ਸਾੜੀ, ਅਸੀਂ ਉਹਨਾਂ ਨੂੰ ਵੀ ਅੱਜ ਸਨਮਾਨਿਤ ਕੀਤਾ, ਸਰਟੀਫਿਕੇਟ ਦਿੱਤੇ ਆ ਵੀ ਤਾਂ ਕਿ ਉਹਨਾਂ ਨੂੰ ਪਤਾ, ਦੂਜਿਆਂ ਨੂੰ ਵੀ ਲੱਗੇ ਕਿ ਵੀ ਜੇ ਚੰਗਾ ਕੰਮ ਕਰਦੇ ਆ ਤਾਂ ਪ੍ਰਸ਼ਾਸਨ ਉਹਨਾਂ ਦਾ ਸਨਮਾਨ ਵੀ ਕਰਦਾ ਹੈਗਾ। ਅਤੇ ਸਾਰੇ ਪਿੰਡ ਨੇ ਅੱਜ ਜਿੰਨੇ ਇੱਥੇ ਹਾਜ਼ਰ ਸੀ, ਮੋਹਤਵਾਨ ਬੰਦੇ, ਸਭ ਨੇ ਇਹ ਮੈਨੂੰ ਯਕੀਨ ਵੀ ਦਵਾਇਆ ਹੈ ਅਤੇ ਉਹਨਾਂ ਨੇ ਇਹ ਵਿਸ਼ਵਾਸ ਦਵਾਇਆ ਕਿ ਅਸੀਂ ਸਰਕਾਰ ਦਾ ਪੂਰਾ ਸਹਿਯੋਗ ਦੇਵਾਂਗੇ ਅਤੇ ਅਸੀਂ ਪਰਾਲੀ ਨੂੰ ਨਹੀਂ ਸਾੜਾਂਗੇ। ਅਤੇ ਮੈਨੂੰ ਇਹ ਬੜੀ ਖੁਸ਼ੀ ਹੈ। ਅਤੇ ਇਸ ਤਰ੍ਹਾਂ ਦੇ ਅਸੀਂ ਕੈਂਪ ਵੱਖ ਵੱਖ ਅਫਸਰਾਂ ਦੇ ਲੈਵਲ 'ਤੇ SDM, BDPO, ADC ਸਾਹਿਬ, ਮੈਂ ਵੀ ਜਾਵਾਂਗਾ ਪਿੰਡਾਂ 'ਚ, ਹੋਰ 'ਚ ਵੀ ਅਸੀਂ ਇਹ ਜਾਰੀ ਰੱਖਾਂਗੇ ਤਾਂ ਜੋ ਕਿ ਅਸੀਂ ਜਾ ਕੇ ਵੱਧ ਤੋਂ ਵੱਧ ਜ਼ਿਮੀਂਦਾਰਾਂ ਦੀਆਂ ਸਮੇਂ ਤੋਂ ਪਹਿਲਾਂ ਉਹਨਾਂ ਦੀਆਂ ਸਮੱਸਿਆ ਸਮਝ ਸਕੀਏ ਅਤੇ ਉਸ ਮੁਤਾਬਕ ਸਮੁੱਚੇ ਪ੍ਰਬੰਧ ਕਰ ਸਕੀਏ। ਜੈ ਹਿੰਦ। ਠੀਕ ਸਰ, ਥੈਂਕ ਯੂ।